ਇਹ ਲੁੱਟ ਰਹੇ ਨੇ ਅਕਾਲੀ ਔਰ ਨਾਂ ਦੇ ਨਾਲ ਉਹ ਲੁੱਟ ਰਹੇ ਨੇ। ਮੈਂ ਨਹੀਂ ਖਾ ਕੇ ਬਟੇਰਾ ਤੇ ਉਹਨਾਂ ਦੇ ਸ਼ਿਕਾਰੀ ਬਣ ਗਏ ਤਾਂ ਮੇਰੀ ਸੀਬੀਆਈ ਕੋਲ ਇਨਕੁਆਇਰੀ ਕਰਾਈ ਜਾਏ ਜਿਹਨਾਂ ਪਬਲਿਕ ਲਾਈਫ ਦੇ ਵਿੱਚ ਇੱਕ ਫਸਾ ਵੀ ਮੇਰੇ ਵੱਲ ਨਿਕਲੇਗਾ। ਸਰ ਇੱਕ ਤਰਫਾ ਗੱਲ ਕਦੇ ਨਹੀਂ ਕਰੀ ਜਾਂਦੀ, ਨਿਰੋਲ ਹੋ ਕੇ ਗੱਲ ਕਰੋ। ਤੁਸੀਂ ਆਪਣੇ ਕਾਮੋ ਕਾ ਇਸ ਲਈ ਬੇਬੁਨਿਆਦ ਇਸਲਾਮਬਾਜ਼ੀ ਮੇ ਦੁਸ਼ਪ੍ਰਚਾਰ ਮੇ ਸਤਿ ਸ਼੍ਰੀ ਅਕਾਲ ਜੀ। ਦਿਵਿਆ ਪੰਜਾਬ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਸਾਹਿਲ ਮਹਿਤਾ ਵੱਲੋਂ ਸਾਡੇ ਸ਼ੋਅ ਸਿਆਸੀ ਮੁਲਾਕਾਤ ਦੇ ਵਿੱਚ ਬਹੁਤ ਬਹੁਤ ਸਵਾਗਤ। ਅੱਜ ਸਾਡੇ ਨਾਲ ਮੌਜੂਦ ਨੇ ਅੰਮ੍ਰਿਤਸਰ ਸੈਂਟਰਲ ਹਲਕੇ ਤੋਂ ਵਿਧਾਇਕ ਓਮ ਪ੍ਰਕਾਸ਼ ਸੋਨੀ ਜੀ ਤੇ ਨਾਲ ਹੀ ਇਹ ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਵੀ ਨੇ ਤੇ ਆਓ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਸਿਆਸੀ ਮੁਲਾਕਾਤ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਾਡੇ ਸ਼ੋਅ ਸਿਆਸੀ ਮੁਲਾਕਾਤ ਦੇ ਵਿੱਚ। ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਆ ਜੀ। ਮਤਲਬ ਤੁਹਾਡਾ ਸਿਆਸਤ ਦੇ ਵਿੱਚ ਤੁਸੀਂ ਸ਼ੁਰੂਆਤ ਕਿੱਥੋਂ ਕੀਤੀ ਤੇ ਹੁਣ ਤੁਸੀਂ ਮਤਲਬ ਵਧੀਆ ਕਰ ਰਹੇ ਹੋ ਸਿਆਸਤ ਦੇ ਵਿੱਚ? ਸ਼ੁਰੂਆਤ ਮੈਂ 91 ਤੋਂ ਜਦੋਂ ਮੈਂ ਸਭ ਤੋਂ ਪਹਿਲਾਂ ਕੌਂਸਲਰ ਬਣਿਆ ਬਚਾਰ ਜੀ, ਉਸ ਬਾਅਦ ਫਸਟ ਮੇਅਰ ਬਣਨ ਦਾ ਮੈਨੂੰ ਪਰਮਾਤਮਾ ਨੂੰ ਮੌਕਾ ਮਿਲਿਆ ਜੀ। ਉੱਥੋਂ ਦੇ ਸਰਦਾਰ ਬੇਨ ਸਿੰਘ ਜੀ ਜਿਹੜੇ ਸਾਡੇ ਪ੍ਰਧਾਨ ਸਾਹਿਬ ਪੰਜਾਬ ਪ੍ਰਦੇਸ਼ ਪ੍ਰਧਾਨ ਕਮੇਟੀ ਦੇ ਜੀ, ਉਹਨਾਂ ਨੇ ਮੈਨੂੰ ਬਤੌਰ ਮੇਅਰ ਜੀ ਸੇਵਾ ਦਾ ਮੌਕਾ ਦਿੱਤਾ ਜੀ। ਸੋ ਉਸ ਵੇਲੇ ਜਿਹੜੀ ਮੈਂ ਸੇਵਾ ਕੀਤੀ ਅੱਜ ਵੀ ਮੇਰੇ ਕੰਮ ਆ ਗਈ। ਸੋ ਉਦੋਂ ਮੈਂ 1991 ਤੋਂ ਸ਼ੁਰੂਆਤ ਕੀਤੀ ਸੀ। ਤੇ ਗੱਲ ਕਰਦੇ ਹਾਂ ਜੀ ਪੰਜਾਬ ਕਾਂਗਰਸ ਦੀ। ਪੰਜਾਬ ਕਾਂਗਰਸ ਦੇ ਤੁਸੀਂ ਉਪ ਪ੍ਰਧਾਨ ਵੀ ਹੋ। ਪੰਜਾਬ ਕਾਂਗਰਸ ਆਉਣ ਵਾਲੇ 2017 ਦੇ ਵਿੱਚ ਕਿਹੜੇ ਮੁੱਦੇ ਦੇ ਨਾਲ ਚੋਣ ਮੈਦਾਨ ਦੇ ਵਿੱਚ ਆ ਗਈ? ਚੋਣ ਮੈਦਾਨ 'ਚ ਮੁੱਦੇ ਤੁਹਾਨੂੰ ਪਤਾ ਹੀ ਹੈ, 10 ਸਾਲ ਤੋਂ ਬੀਜੇਪੀ ਅਕਾਲੀ ਦਲ ਦੀ ਸਰਕਾਰ ਹੈ ਪੰਜਾਬ 'ਚ। ਜੋ ਹਾਲਾਤ ਪੰਜਾਬ 'ਚ ਪੈਦਾ ਹੋਏ ਨੇ 10 ਸਾਲਾਂ 'ਚ ਜੀ, ਉਹਨਾਂ ਕੋਲ ਲੋਕ ਇੰਨੇ ਪਰੇਸ਼ਾਨ ਨੇ ਜੀ, ਇੰਨੇ ਦੁਖੀ ਨੇ। ਅੱਜ ਪੰਜਾਬ ਜਿਹੜਾ ਪੰਜਾਬ ਦੀ ਇਕਨੋਮੀ ਲੈ ਲਓ, ਪੰਜਾਬ ਦੀ ਤੁਸੀਂ ਬਿਜ਼ਨਸ ਲੈ ਲਓ, ਪੰਜਾਬ ਦੀ ਇੰਡਸਟਰੀ ਲੈ ਲਓ ਜੀ, ਪੰਜਾਬ ਦਾ ਤੁਸੀਂ ਸਾਡੀ ਕਿਸਾਨੀ ਲੈ ਲਓ ਜੀ, ਅੱਜ ਹਰ ਵਰਗੇ ਸਰਕਾਰ ਤੋਂ ਦੁਖੀ ਹੈ ਜੀ। ਜੋ ਹਾਲਾਤ ਸਰਕਾਰ ਨੇ 10 ਸਾਲਾਂ 'ਚ ਪੰਜਾਬ ਦੇ ਬਣਾਏ ਨੇ, ਬੇਰੁਜ਼ਗਾਰੀ ਇੰਨੀ ਹੈ, ਸਾਡੇ ਨੌਜਵਾਨ ਜਿਹੜੇ ਲੜਕੇ ਨੇ ਉਹ ਚੰਗੇ ਬੰਨੇ ਹਟ ਕੇ ਅੱਜ ਨਸ਼ਿਆਂ ਵਾਲੇ ਬੰਨੇ ਜਾ ਰਹੇ ਨੇ ਜੀ। ਸੋ ਰੁਜ਼ਗਾਰ ਜਿਹੜਾ ਜਿਹੜਾ ਸਰਕਾਰਾਂ ਦਾ ਕੰਮ ਹੈ, ਜਿੰਨਾ ਚਿਰ ਯੂਥ ਨੂੰ ਸਰਕਾਰਾਂ ਰੁਜ਼ਗਾਰ ਨਹੀਂ ਦਿੰਦੀਆਂ, ਉਹਨਾਂ ਦੀ ਸੋਚ ਮਾੜੇ ਬਣੀ ਜਾਂਦੀ ਹੈ। ਅੱਜ ਕਿੰਨੇ ਨੌਜਵਾਨ ਜਿਹੜੇ ਸਾਡੇ ਨਸ਼ਿਆਂ 'ਚ ਚੜ੍ਹ ਗਏ। ਸੋ ਇੰਨੇ ਮਾੜੇ ਹਾਲਾਤ ਨੇ ਪੰਜਾਬ ਦੇ, ਉਸ ਕਰਕੇ ਕਾਂਗਰਸ ਪਾਰਟੀ ਦੇ ਤੁਹਾਨੂੰ ਪਤਾ ਹੀ ਹੈ ਸਭ ਤੋਂ ਪੁਰਾਣੀ ਪਾਰਟੀ ਹੈ ਜਿਹਨੇ ਦੇਸ਼ ਦੀ ਆਜ਼ਾਦੀ ਵੀ ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਵਾਇਆ। ਉਸ ਤੋਂ ਬਾਅਦ ਜਦੋਂ ਵੀ ਕਾਂਗਰਸ ਪਾਵਰ 'ਚ ਆਈ ਹੈ ਉਦੋਂ ਹੀ ਡਿਵੈਲਪਮੈਂਟ ਹੋਈ ਹੈ ਹਿੰਦੁਸਤਾਨ ਦੀ ਜਾਂ ਸਟੇਟਾਂ ਦੀ। ਜੋ ਮਰਜ਼ੀ ਤੁਸੀਂ ਹੁਣ ਅੱਜ ਸੈਕਟਰ ਦਾ ਹਾਲ ਵੇਖ ਲਓ, 2.5 ਸਾਲ ਹੋ ਗਏ ਨੇ ਬੀਜੇਪੀ ਦੀ ਸਰਕਾਰ ਬਣੀ, ਮੋਦੀ ਜੀ ਪ੍ਰਾਈਮ ਮਿਨਿਸਟਰ ਬਣੇ ਨੇ। ਉਸ ਵੇਲੇ ਜਿਸ ਵੇਲੇ ਇਲੈਕਸ਼ਨ ਸੀਗੇ ਪਾਰਲੀਮੈਂਟ ਦੇ, ਵੱਡੀਆਂ ਵੱਡੀਆਂ ਰੈਲੀਆਂ ਦੇ ਕਹਿੰਦੇ ਸੀ 6 ਦਿਨ ਆਉਣਗੇ, ਸਾਰਿਆਂ ਨੂੰ ਨੌਕਰੀ ਮਿਲੂਗੀ ਨੌਜਵਾਨਾਂ ਨੂੰ। ਅੱਜ ਕਿੱਥੇ ਨੇ 6 ਦਿਨ ਮੋਦੀ ਜੀ ਦੇ? ਅੱਜ ਇੰਨੀ ਮਹਿੰਗਾਈ ਵੱਧ ਗਈ ਹੈ, ਹੁਣ ਹੀ ਤੁਸੀਂ ਵੇਖ ਲਓ ਜੋ ਹਾਲਾਤ ਪੈਦਾ ਕੀਤੇ ਨੇ ਹਿੰਦੁਸਤਾਨ ਜੀ ਨੋਟਬੰਦੀ ਕਰਕੇ, ਕੋਈ ਪਲੈਨਿੰਗ ਨਹੀਂ, ਕੋਈ ਗੱਲ ਨਹੀਂ, ਇੰਨੇ ਲੋਕ ਔਖੇ ਨੇ, ਲੰਬੀਆਂ ਲੰਬੀਆਂ ਲਹਿਰਾਂ ਬੈਂਕਾਂ ਦੇ ਬਾਹਰ ਲੱਗੀਆਂ ਨੇ। ਅੱਜ ਕਿਸੇ ਆਦਮੀ ਨੂੰ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ, ਕਿਸੇ ਨੂੰ ਆਪਣੇ ਪੈਸੇ ਲੈਣੇ ਹੋਣ ਬੈਂਕ ਤੋਂ, 2-2 ਦਿਨ ਲੈਣਾ ਚ ਲੱਗਣਾ ਪੈਂਦਾ, ਫਿਰ ਕੁਛ ਨੀ ਮਿਲਦਾ ਜੀ। ਸੋ ਜੇ ਮਾੜੇ ਹਾਲਾਤ ਜਿਹੜੇ ਨੇ ਬੀਜੇਪੀ ਨੇ ਹਿੰਦੁਸਤਾਨ 'ਚ ਪੈਦਾ ਕਰਤੇ, ਅੱਜ ਲੋਕ ਕਾਂਗਰਸ ਨੂੰ ਯਾਦ ਕਰਦੇ ਨੇ। ਇੱਕ ਵਾਰ ਪਾਰਟੀ ਕਾਂਗਰਸ ਪਾਰਟੀ ਹੈ ਜਿਹੜੀ ਦੇਸ਼ ਨੂੰ ਤਰੱਕੀ ਦੇ ਰਾਹ 'ਚ ਲੈ ਕੇ ਜਾ ਸਕਦੀ ਹੈ। ਪਹਿਲਾਂ ਤੁਸੀਂ ਵੇਖ ਲਓ ਹਿੰਦੁਸਤਾਨ ਦਾ ਇਤਿਹਾਸ ਵੇਖ ਲਓ, ਕਾਂਗਰਸ ਦੇ ਵੇਲੇ ਤਰੱਕੀ ਹੋਈ ਹੈ ਹਿੰਦੁਸਤਾਨ ਜੀ। ਡਾਕਟਰ ਮਨਮੋਹਨ ਸਿੰਘ ਨੂੰ ਅੱਜ ਲੋਕ ਯਾਦ ਕਰਦੇ ਨੇ, ਇੰਦਰਾ ਜੀ ਨੂੰ ਲੋਕ ਯਾਦ ਕਰਦੇ ਨੇ, ਪਰ ਜਵਾਹਰ ਲਾਲ ਨਹਿਰੂ ਨੂੰ ਲੋਕ ਯਾਦ ਕਰਦੇ ਨੇ ਜਿਹਨਾਂ ਕਿੰਨਾ ਚਿਰ ਰਾਜ ਕੀਤਾ ਸਾਡੇ ਲਈ ਕਾਂਗਰਸ ਪਾਰਟੀ ਨੇ ਹਿੰਦੁਸਤਾਨ। ਗੱਲ ਕਰਦੇ ਹਾਂ ਜੀ ਪੰਜਾਬ ਦੀ ਯੂਥ ਦੀ। ਯੂਥ ਦਾ ਇੱਕ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਬਹੁਤ ਅਹਿਮ ਰੋਲ ਹੁੰਦਾ,
ਤੇ ਪੰਜਾਬ ਕਾਂਗਰਸ ਜੇ ਪੰਜਾਬ ਕਾਂਗਰਸ ਪੰਜਾਬ ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤੇ ਯੂਥ ਦੇ ਲਈ ਪੰਜਾਬ ਕਾਂਗਰਸ ਕੀ ਕਰ ਰਹੀ ਹੈ? ਦੇਖੋ ਤੁਸੀਂ ਸਾਡਾ ਮੈਨੀਫੈਸਟੋ ਵੇਖੋ ਆ ਰਿਹਾ ਜੀ, ਹਰ ਘਰ ਚ ਨੌਕਰੀ ਦੇਣੀ ਹੈ, ਹਰ ਯੂਥ ਨੂੰ ਰੁਜ਼ਗਾਰ ਦੇਣਾ, ਸਭ ਤੋਂ ਵੱਡੀ ਸੋਚ ਜਿਹੜੀ ਹੈ ਕਾਂਗਰਸ ਪਾਰਟੀ ਦੀ ਯੂਥ ਵਾਸਤੇ। ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਭਾਵੇਂ ਵੀ ਲੋਕ ਭਰ ਰਹੇ ਨੇ, ਯੂਥ ਨੂੰ ਰੁਜ਼ਗਾਰ ਦੇਣਾ ਜਿਹੜਾ ਸਭ ਤੋਂ ਵੱਡੀ ਡਿਊਟੀ ਹੈ ਸਰਕਾਰਾਂ ਦੀ। ਜੇ ਯੂਥ ਬੇਰੁਜ਼ਗਾਰ ਹੈ ਉਹਨੂੰ ਕੰਮ ਨਹੀਂ ਮਿਲਦਾ, ਉਹਦੀ ਸੋਚ ਬਦਲੇਗੀ, ਉਹ ਫਿਰ ਨਸ਼ੇ ਵਾਲੇ ਬੰਨੇ ਜਾਏਗਾ। ਸੋ ਉਹਦੀ ਸੋਚ ਨੂੰ ਬਦਲਣ ਵਾਸਤੇ, ਚੰਗੇ ਬੰਨੇ ਯੂਥ ਨੂੰ ਲਿਆਉਣ ਵਾਸਤੇ, ਉਹਦੇ ਵਾਸਤੇ ਰੁਜ਼ਗਾਰ ਜ਼ਰੂਰੀ ਹੈ। ਇਸ ਕਰਕੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਕੈਪਟਨ ਸਾਹਿਬ ਨੇ ਹਰ ਘਰ ਚ ਨੌਕਰੀ ਦੇਣੀ ਹੈ। ਤੁਸੀਂ ਹੁਣੇ ਗੱਲ ਕੀਤੀ ਨਸ਼ਿਆਂ ਦੀ, ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਇੱਕ ਰੈਲੀ ਦੇ ਵਿੱਚ ਇਹ ਬਿਆਨ ਦਿੱਤਾ ਗਿਆ ਸੀ ਕਿ ਮਤਲਬ ਪੰਜਾਬ ਕਾਂਗਰਸ ਦੀ ਸਰਕਾਰ, ਪੰਜਾਬ ਚ ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਨੂੰ 4 ਹਫ਼ਤਿਆਂ ਦੇ ਵਿੱਚ ਨਸ਼ਾ ਮੁਕਤ ਕਰ ਦਿੱਤਾ ਜਾਏਗਾ, ਉਹ ਕਿੱਦਾਂ ਕੀਤਾ ਜਾਏ? ਦੇਖੋ ਜੋ ਕੈਪਟਨ ਸਾਹਿਬ ਨੇ ਕਿਹਾ ਜੇ ਸਰਕਾਰ ਮੰਨਦੀ ਹੈ, ਸਰਕਾਰਾਂ ਜੇ ਕੋਈ ਚੀਜ਼ ਜਿਹੜੀ ਆ ਉਹ ਕੋਈ ਵੱਡੀ ਗੱਲ ਨਹੀਂ। ਹੁਣ ਦੇਖੋ ਕ੍ਰਾਈਮ ਨੂੰ ਰੋਕਣਾ, ਨਸ਼ਿਆਂ ਨੂੰ ਰੋਕਣਾ ਜੇ ਸਰਕਾਰ ਦੀ ਮੰਸ਼ਾ ਹੋਵੇ, ਸਰਕਾਰ ਦੀ ਸੋਚ ਹੋਵੇ, 4 ਹਫ਼ਤੇ ਨਹੀਂ 3 ਹਫ਼ਤੇ ਨਹੀਂ ਬੰਦ ਹੋ ਸਕਦੀ। ਸੋ ਕੈਪਟਨ ਸਾਹਿਬ ਦੀ ਸੋਚ ਹੈ, ਕਾਂਗਰਸ ਦੀ ਸੋਚ ਹੈ, ਸਾਰੇ ਤਗੜੇ ਹੋ ਗਏ। ਕੈਪਟਨ ਸਾਹਿਬ ਦਾ ਸਾਥ ਦੇਣ, ਸਾਥ ਸਾਰਾ ਦੇਣਾ ਹੀ ਹੈ। ਸੋ ਸਰਕਾਰਾਂ ਦਾ ਕੰਮ ਹੈ, ਕੋਈ ਵੀ ਕ੍ਰਾਈਮ ਹੈ, ਹਰ ਪੈਸੇਂਜਰ ਨੂੰ ਪਤਾ ਮੇਰੇ ਇਲਾਕੇ 'ਚ ਨਸ਼ਿਆਂ ਦਾ ਕਿਹੜਾ, ਹਰ ਇੱਕ ਪੁਲਿਸ ਸਟੇਸ਼ਨ ਨੂੰ ਪਤਾ ਹੁੰਦਾ ਕਿਹੜਾ ਕੰਮ ਗਲਤ ਕਰਦਾ ਕਿਹੜਾ ਠੀਕ ਕਰਦਾ। ਇਹ ਕੰਮ ਕੋਈ ਔਖੇ ਨਹੀਂ ਹੈ ਸਰਕਾਰਾਂ ਵਾਸਤੇ। ਸੋ ਕੈਪਟਨ ਸਾਹਿਬ ਨੇ ਜੋ ਕਿਹਾ ਕਰਕੇ ਵਿਖਾਉਂਗੇ। ਗੱਲ ਕਰਦੇ ਹਾਂ ਜੀ SYL ਦੇ ਮੁੱਦੇ, SYL ਤੇ ਜਿਹੜਾ ਫੈਸਲਾ ਪੰਜਾਬ ਦੇ ਹੱਕ ਵਿੱਚ ਨਹੀਂ ਆਇਆ, ਉਹਦੇ ਵਿੱਚ ਉਹਦੇ ਕਰਕੇ ਪੰਜਾਬ ਦੇ ਜਿੰਨੇ ਵੀ ਕਾਂਗਰਸ ਦੇ MLA ਸੀਗੇ ਸਾਰਿਆਂ ਨੂੰ ਅਸਤੀਫਾ ਦੇ ਦਿੱਤਾ ਗਿਆ, ਤੇ ਹੁਣ ਅਗਲੀ ਰਣਨੀਤੀ SYL ਨੂੰ ਲੈ ਕੇ ਪੰਜਾਬ ਕਾਂਗਰਸ ਦੀ ਕੀ ਰਹੇਗੀ? ਦੇਖੋ ਗੱਲ ਆ, ਅਜੇ ਸਰਕਾਰ ਪੰਜਾਬ ਚ BJP ਅਕਾਲੀ ਦਲ ਦੀ ਹੈ ਜੀ। ਸੋ ਉਹਨਾਂ ਨੇ ਜਿਹੜਾ ਹੁਣ ਨਵਾਂ ਬਿੱਲ ਪਾਸ ਕੀਤਾ, ਅਸੀਂ ਪਹਿਲਾਂ ਕਰਤਾ ਸੀ, ਅੱਜ ਤੋਂ 12-13 ਸਾਲ ਪਹਿਲਾਂ ਕੈਪਟਨ ਸਾਹਿਬ ਨੇ ਉਸ ਵੇਲੇ ਬਿੱਲ ਪਾਸ ਕਰਤਾ ਸੀ ਕਿ ਪੰਜਾਬ ਦਾ ਪਾਣੀ, ਇੱਕ ਵੀ ਬੂੰਦ ਪੰਜਾਬ ਦੀ ਅਸੀਂ ਬਾਹਰ ਨਹੀਂ ਦਿਆਂਗੇ। ਸੋ ਪੰਜਾਬ ਕੋਲ ਪਾਣੀ ਅੱਗੇ ਥੋੜ੍ਹਾ। ਸੋ ਕਾਂਗਰਸ ਪਾਰਟੀ ਹਮੇਸ਼ਾ ਇਸ ਮੁੱਦੇ ਤੇ ਸਭ ਤੋਂ ਅੱਗੇ ਰਹੀ ਹੈ। ਸੋ ਹੁਣ ਇਹਨਾਂ ਦੀ ਸਰਕਾਰ ਸੀ, ਇਹ ਦੋਗੀਆਂ ਗੱਲਾਂ ਕਰਦੇ ਨੇ। ਹੁਣ ਕੇਜਰੀਵਾਲ ਜੀ ਪੰਜਾਬ ਚ ਆਏ ਨੇ, ਰੌਲਾ ਪਾ ਰਹੇ ਨੇ ਆਪ ਪਾਰਟੀ ਵਾਲੇ, ਅਸੀਂ ਸਰਕਾਰ ਬਣਾਉਣੀ ਹੈ। ਇਹਨਾਂ ਦੇ ਵੀ ਦਵਾ ਰੋਲ ਨੇ, ਦਿੱਲੀ ਚ ਕੁਛ ਕਹਿੰਦੇ ਨੇ, ਪੰਜਾਬ ਚ ਕੁਛ ਕਹਿੰਦੇ ਨੇ। ਸੋ ਪਹਿਲੋਂ ਮਨ ਸਾਫ਼ ਹੋਣੇ ਚਾਹੀਦੇ ਨੇ ਪੋਲੀਟੀਕਲ ਬੰਦਿਆਂ ਦੇ, ਤਾਂ ਹੀ ਜਿਹੜੀ ਆ ਸਟੇਟ ਜਿਹੜੀ ਆ ਸਰਵਾਈਵ ਕਰੇਗੀ। ਹੁਣੇ ਗੱਲ ਕੀਤੀ ਤੁਸੀਂ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਵਾਲਿਆਂ ਦੇ ਮਤਲਬ ਜਿੱਥੇ ਵੀ ਰੈਲੀਆਂ ਹੁੰਦੀਆਂ ਨੇ ਉੱਥੇ ਇਹ ਕਹਿ ਦਿੰਦਾ ਕਿ ਕਾਂਗਰਸ ਤੇ ਅਕਾਲੀ ਦਲ ਆਪਸ ਵਿੱਚ ਸਮਝੌਤਾ ਹੋ ਗਿਆ, ਉਹਦੇ ਬਾਰੇ ਤੁਸੀਂ ਕੀ ਕਹਿੰਦੇ? ਝੂਠ ਜਿਹੜਾ ਅੱਗੇ ਵੀ ਦਿੱਲੀ ਉਹਨਾਂ ਨੇ ਝੂਠ ਚੜ ਬੋਲ ਕੇ ਸਰਕਾਰ ਬਣਾ ਲਈ। ਸੋ ਇਹ ਗੱਲਾਂ ਚੰਗੀਆਂ ਲੱਗਦੀਆਂ ਨੇ, ਅਕਾਲੀਆਂ ਦਾ ਤੇ ਕਾਂਗਰਸ ਦਾ ਸਮਝੌਤਾ ਸਾਰਿਆਂ ਨੂੰ ਪਤਾ, ਸਾਰਾ ਪੰਜਾਬ ਜਾਣਦਾ, ਸਾਰਾ ਹਿੰਦੁਸਤਾਨ ਜਾਣਦਾ। ਇਹ ਜੋ ਮਰਜ਼ੀ ਕਹੀ ਜਾਂਦੇ ਇਹਨਾਂ ਦਾ ਕਹਿਣ ਦਾ ਕੀ ਹੈ, ਗੱਲ ਹੀ ਕਰਨੀ ਹੈ ਕੋਈ ਵੀ ਕਰ ਲਓ। ਸੋ ਕੇਜਰੀਵਾਲ ਜੀ ਦਾ ਆਪਣਾ ਵੀ ਸਟੈਂਡ ਨਹੀਂ ਇਹਨਾਂ ਦੀ ਕਿਹੜੀ ਗੱਲ ਤੇ ਫੈਸਲ ਕਰਦਾ ਜੀ। ਤੇ ਪਿਛਲੇ 10 ਸਾਲ ਪੰਜਾਬ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਲੜੇ ਜਿਹਦੇ ਵਿੱਚ ਮਤਲਬ ਜਿੱਤ ਦਾ ਸਾਹਮਣਾ ਨਹੀਂ ਕਰ ਸਕੀ ਪੰਜਾਬ ਕਾਂਗਰਸ। ਇਸ ਵਾਰੀ ਮਤਲਬ 2017 ਚ ਇਹੋ ਜਿਹਾ ਕੀ ਵੱਖਰਾ ਹੈ ਕਿ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਦੁਬਾਰਾ ਕਾਂਗਰਸ ਦੀ ਸਰਕਾਰ ਬਣੇਗੀ? 10 ਸਾਲਾਂ ਚ ਜੇ ਕੋਈ ਸਾਡੇ ਵੱਲੋਂ ਥੋੜ੍ਹੀ ਬਹੁਤੀ ਕਾਂਗਰਸ ਪਾਰਟੀ ਵੱਲੋਂ ਥੋੜ੍ਹੀ ਬਹੁਤੀ ਕਮੀ ਪੇਸ਼ੀ ਰਹਿ ਗਈ, ਜੇ ਕੋਈ ਗਲਤੀ ਥੋੜ੍ਹੀ ਬਹੁਤੀ ਹੈਗੀ, ਥੋੜ੍ਹੇ ਥੋੜ੍ਹੇ ਮਾਰਜਨ ਅਸੀਂ ਹੈਗੇ ਹਾਂ, ਕੋਈ ਜ਼ਿਆਦਾ ਮਾਰਜਨ ਆ ਰਹੇ ਨਹੀਂ, ਉਹ ਹੁਣ ਜਿਹੜੀਆਂ ਗਲਤੀਆਂ ਸਰ ਉਹ ਦੁਬਾਰਾ ਰਿਪੀਟ ਨਹੀਂ ਹੋਣੀਆਂ ਜੀ। ਹੁਣ ਸਾਰਿਆਂ ਨੇ ਜੋ 10 ਸਾਲਾਂ 'ਚ ਸਾਡੇ ਵਰਕਰਾਂ ਨਾਲ ਹੋਇਆ ਜਾਂ ਸਾਡੇ ਲੋਕਾਂ ਨਾਲ ਹੋਇਆ ਜੀ, ਹੁਣ ਕੋਈ ਭੁੱਲੇਗਾ ਨਹੀਂ। ਹੁਣ ਸਾਰੇ ਇੱਕ ਮੁੱਠ ਨੇ, ਸਾਰਿਆਂ ਨੇ ਮਨ ਬਣਾਇਆ ਵੀ ਅਸੀਂ ਇਕੱਠੇ ਹੋ ਕੇ ਕੈਪਟਨ ਸਾਹਿਬ ਦੀ ਰਹਿਨਮਾਈ 'ਚ ਸਰਕਾਰ ਬਣਾਉਣੀ। ਪਿਛਲੀ ਵਾਰੀ ਜਿਹੜੇ ਇਲੈਕਸ਼ਨ ਹੋਏ ਨੇ ਉਹਦੇ 'ਚ PPP ਵੱਲੋਂ ਕਿਤੇ ਨਾ ਕਿਤੇ ਕਾਂਗਰਸ ਨੂੰ ਜਾਂ ਫਿਰ ਕਿਸੇ ਹੋਰ ਪਾਰਟੀ ਨੂੰ ਨੁਕਸਾਨ ਪਹੁੰਚਾਇਆ, ਕੀ ਤੁਹਾਨੂੰ ਇਸ ਵਾਰੀ ਇਹ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਕਿਤੇ ਨਾ ਕਿਤੇ ਉਹ ਵਾਲਾ ਰੋਲ ਅਦਾ ਕਰ ਸਕਦੀ? ਨਹੀਂ ਜੀ, ਉਹ ਆਪ ਦੀ ਗੱਲ ਸੀ ਜੀ, ਉਹਨਾਂ ਦੀ PPP ਵਾਲਿਆਂ ਦੀ ਗੱਲ ਹੋ ਰਿਹਾ ਜੀ। ਸੋ ਹੁਣ ਤੇ PPP ਸਾਰੇ ਜੀ ਸਾਡੇ ਨਾਲ ਨੇ, ਕਾਂਗਰਸ ਪਾਰਟੀ ਨਾਲ ਨੇ ਜੀ, ਉਹ ਸਾਡੇ ਨਾਲ ਨੇ। ਇੱਕ
ਜਿਹੜੀ ਪਾਰਟੀ ਹੈ ਜਿਹਨੇ ਦਿੱਲੀ ਦੀ ਜਿਹੜੀ ਰਾਜ ਕਰ ਰਹੀ ਹੈ, ਹੁਣ ਲੋਕ ਸਾਰਾ ਕੋਈ ਪਿਛੋਕੜ ਵੇਖਦੇ ਨੇ ਦਿੱਲੀ ਚ ਜੋ ਹਾਲਾਤ ਬਣ ਗਏ ਇਹਨਾਂ ਦੇ ਆਉਣ ਨਾਲ, ਅੱਜ ਲੋਕ ਤਲਾਸ਼ ਤਲਾਸ਼ ਕਰ ਰਹੇ ਦਿੱਲੀ ਵਾਲੇ। ਸੋ ਦਿੱਲੀ ਦੇ ਅੱਗੇ ਹੀ ਏਡੀ ਵੱਡੀ ਲੋਕਾਂ ਨੇ ਭੁੱਲ ਕਰ ਲਈ, ਹੁਣ ਦੁਬਾਰਾ ਇਹਨਾਂ ਪੰਜਾਬ ਚ ਕੋਈ ਲੈ ਗਿਆ, ਪੰਜਾਬ ਤੇ ਦਿੱਲੀ ਚ ਕੋਈ ਫਰਕ ਥੋੜਾ। ਸੋ ਇਸ ਕਰਕੇ ਕੇਜਰੀਵਾਲ ਦਾ ਇਹਦੀ ਪਾਰਟੀ ਦਾ ਸਾਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ, ਸਭ ਠੀਕ ਹੋਏਗਾ। ਅਖੀਰਲਾ ਸਵਾਲ, ਤੁਸੀਂ ਗੱਲ ਕਰਦੇ ਆ ਸੈਂਟਰਲ ਹਲਕੇ ਦੀ, ਹਲਕੇ ਦੇ ਵਿੱਚ ਤੁਹਾਡੀਆਂ ਕੀ ਪ੍ਰਾਪਤੀਆਂ ਨੇ? ਦੇਖੋ ਗੱਲ ਆ, ਸਭ ਤੋਂ ਵੱਡੀ ਗੱਲ ਇਹ ਆ ਵੀ ਬੇਸ਼ੱਕ ਸਰਕਾਰ ਨਹੀਂ ਸਾਡੀ, ਪਰ ਹਰ ਐਮ ਐਲ ਏ ਨੂੰ ਹਰ ਕੈਂਡੀਡੇਟ ਨੂੰ ਲੋਕਾਂ ਦੇ ਦੁੱਖ ਸੁੱਖ ਦਾ ਪਾਈ ਕਰਾਉਣਾ ਚਾਹੀਦਾ। ਸੋ ਮੈਂ ਹਮੇਸ਼ਾ ਹੀ ਆਪਣੇ ਇਲਾਕੇ ਜਿਹਨੇ ਜਿੱਥੇ ਕਿ ਇਹਨੇ ਯਾਦ ਕੀਤਾ ਹਰ ਦੁੱਖ ਸੁੱਖ ਦਾ ਮੈਂ ਪਾਈ ਕਰਾਉਣਾ। ਸੋ ਮੇਰਾ ਅੜਦਾ ਨਹੀਂ, ਮੇਰਾ ਠਾਈਆਂ ਸਾਲਾਂ ਦਾ ਰਿਕਾਰਡ ਹੈ। ਸੋ ਮੇਰੇ ਨਾਲ ਲੋਕ ਪਿਆਰ ਕਰਦੇ ਨੇ, ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਨੇ। ਸੋ ਆਪਣੇ ਮੂੰਹ ਹਰ ਬੰਦਾ ਆਪਣੀ ਕਹਿੰਦਾ ਜੀ ਮੈਥੋਂ ਚੰਗਾ ਹੈ ਕੋਈ ਨਹੀਂ, ਇਹ ਤਾਂ ਲੋਕ ਦੱਸਣਗੇ। ਹੁਣ ਮੈਂ ਨਵਾਂ ਲਕਸ਼ ਨਹੀਂ ਲੈਣਾ, ਮੇਰਾ ਛੇਵਾਂ ਲਕਸ਼ਣ ਹੈ ਮੇਰਾ, ਹੁਣ ਮੈਂ ਛੇਵਾਂ ਲਕਸ਼ਣ ਲੜੀ ਜਾ ਰਿਹਾ। ਛੇਵਾਂ ਦੇ ਵੀ ਸਮਝੋ ਵੀ ਸਤਵਾਂ ਹੀ ਆ, ਮੈਂ ਪਹਿਲਾਂ ਮੇਅਰ ਬਣਿਆ ਉਦੋਂ ਮੈਂ ਲਕਸ਼ਣ ਲੜ ਕੇ ਬਣਿਆ, ਪਾਰਲੀਮੈਂਟ ਵੀ ਲੜਿਆ ਮੈਂ ਸ਼ਹਿਰ ਚੋਂ, 50,000 ਤੋਂ ਵੱਧ ਵੋਟਾਂ ਦੇ ਦਿੱਤੀਆਂ ਸਿੱਧੂ ਦੇ ਸਾਹਮਣੇ, ਮੈਂ ਇਲੈਕਸ਼ਨ ਲੜਿਆ ਸੀ ਪਾਰਲੀਮੈਂਟ ਤੋਂ, ਉਸ ਵਿੱਚ ਸਾਰੇ ਸ਼ਹਿਰ ਵਾਲਿਆਂ ਨੇ ਮੈਨੂੰ ਜਿਤਾਇਆ ਸੀ, ਬਹੁਤ ਵੱਡੇ ਮਾਰਜਨ ਨਾਲ ਸ਼ਹਿਰ ਤੋਂ ਮੈਨੂੰ ਜਿਤਾਇਆ ਸੀ 50-25 ਦੇ ਸੀ। ਸੋ ਮੈਨੂੰ ਨਾ ਲੋਕ ਪਿਆਰ ਕਰਦੇ ਦੀ ਲੋੜ ਹੈ ਜੀ, ਜੋ ਮਰਜ਼ੀ ਕੋਈ ਕਹਿੰਦਾ ਰਿਸ਼ਤੇ, ਪਰ ਗੱਲ ਇਹ ਮੈਂ ਲੋਕਾਂ ਜਾਂ ਲੋਕ ਮੇਰੇ ਨਾਲ ਪਿਆਰ ਕਰਦੇ, ਮੈਂ ਲੋਕਾਂ ਨਾਲ ਪਿਆਰ ਕਰਨਾ। ਸੋ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਨੇ। ਸੋ ਇਹ ਇਲੈਕਸ਼ਨ ਦਾ ਰਿਜ਼ਲਟ ਆਏਗਾ ਤੁਹਾਨੂੰ ਪਤਾ ਲੱਗ ਕੇ ਕਰਦੇ ਵੀ ਕਿੰਨਾ ਲੋਕ ਪਿਆਰ ਕਰਦੇ। ਜੀ ਸੁਨੀਲ ਸਾਹਿਬ, ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ, ਤੇ ਮੈਂ ਆਸ ਕਰਦਾ ਕਿ ਜਿਹੜੀਆਂ ਗੱਲਾਂ ਤੁਸੀਂ ਪੰਜਾਬ ਕਾਂਗਰਸ ਪੂਰੀ ਖਰੀ ਉਤਰੇ। ਥੈਂਕ ਯੂ, ਮਿਹਰਬਾਨੀ।